ਬਈ ਆ ਲੰਗਿਆਂ ਨੇ ਜਹਾਜ਼ ਡਿੱਗਿਆ ਨਵੇਂ ਦੇ ਪੁਰਾਣੇ ਦੀ ਹੱਦ ਦੇ ਵਿੱਚ ਤੇ ਵੀ ਜਹਾਜ਼ ਆ ਕੇ ਜਹਾਜ਼ ਹੀ ਆ ਉਹਦਾ ਮੂਹਰਲਾ ਹਿੱਸਾ ਉੱਥੇ ਪਿਆ ਤੇ ਡਿੱਗਿਆ ਹੁਣੇ 20-25 ਮਿੰਟ ਪਹਿਲਾਂ ਜਿਹੜਾ ਕਿ ਆਹ ਪਾਰਟ ਇਹਦਾ ਜਲ ਚੁੱਕਿਆ ਸਾਰਾ ਤੇ ਇੰਨਾ ਟੋਆ ਪੱਟਤਾ ਇਹਨੇ ਆਹ ਘੱਟੋ ਘੱਟ 5 ਫੁੱਟ ਤੇ ਆਹ ਸਾਰਾ ਤੁਸੀਂ ਪਿੰਡ ਵੇਖ ਰਹੇ ਆ ਇਹ ਵੀ ਧਮਾਕੇ ਦੀ ਜਿਹੜੀ ਆਵਾਜ਼ ਸੁਣ ਕੇ ਹੀ ਆਇਆ ਆਹ ਇੱਕ ਹਿੱਸਾ ਇਹ ਟਾਇਰ ਆ ਮੂਹਰੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਮੂਹਰਲਾ ਜਹਾਜ਼ ਦਾ ਟਾਇਰ ਆ ਜਿਹੜਾ ਆਹ ਰਬੜ ਦਾ ਟਾਇਰ ਆ ਜਿਹੜਾ ਲੱਗਿਆ ਵਿਆ ਅੱਧਾ ਮੱਚੀ ਜਾਂਦਾ ਇਹ ਤੇ ਆਹ ਇੰਨੀ ਮਿੱਟੀ ਆਹ ਦੂਰ ਤੱਕ ਇਹਦੇ ਉੱਥੋਂ ਤੱਕ ਜਿਹੜੇ ਪਾਟ ਗਏ ਵੇ ਆ ਜਾਗਦੇ ਆਹ ਸੋ ਆਹ ਜਿਹੜਾ ਸਾਰੇ ਜਿਹੜੇ ਲੋਕੀ ਪਹਿਲਾਂ ਤਾਂ ਮੌਜੂਦ ਆਏ ਆ ਉਹ ਤਾਂ ਜਹਾਜ਼ ਹੀ ਕਹਿ ਰਹੇ ਆ ਇਹ ਤੇ ਆਹ ਇੰਨਾ ਡੂੰਘਾ ਟੋਆ ਪੱਟਿਆ ਇਹਨੇ ਹੁਣ ਇਹ ਨਹੀਂ ਕਹਿ ਸਕਦੇ ਵੀ ਪਾਇਲਟ ਸੀਗਾ ਵਿੱਚ ਜਾਂ ਕਿਵੇਂ ਆ ਹੁਣ ਇਹ ਅੱਗ ਬੁਝੀ ਤੋਂ ਪਤਾ ਲੱਗੂ ਤੇ ਜਾਂ ਤਾਂ ਇਹ ਇੰਨਾ ਹਿੱਸਾ ਇੰਨਾ ਟੋਆ ਪੱਟਿਆ ਇਹਨੇ ਨੰਗੇ ਫਿਰ ਹੀ ਤਰ੍ਹਾਂ ਹਿਲਦਾ।